हाँ जी सत श्री अकाल जी सारे वीरां नूं। जिवें कि सारे नूं पता ही है कि अपने भरा संदीप नंगलंबिया का गोलियां मार के कतल कर दिता गया सी। ते उना दे जिहड़े कतल दे जिहड़े मास्टर माइंड जां पिछे जो बंदे सीगे ओह पुलिस इनवैसटीगेशन दे विच जिन्हां दे नां आए सीगे ते उना दी जिहड़ा हुण सुरजन सिंह चट्ठा की गिरफ्तारी हुई आ ते उहदे विच पंजाबी पंजाब पुलिस का तहि दिलों धन्नवाद करदे आं, नाल ही पंजाब सरकार का भी बहुत तहि दिलों धन्नवाद करदे आं कि उहनां ने केस नूं किसी लैंड के उत्ते ले जाण की कोशिश की आ। तो ये जिन्हें भी कबड्डी प्रेमी आ परिवार आ उन्हां दा सारयां दे मन नूं कुछ राहत मिली आ कि सरकार भी इहदे विच वर्क कर रही आ। तो असीं इही आस करदे आ कि इस केस की इनवैसटीगेशन होर संजीदगी नाल की जाए तो जिहड़े बाकी दे मुरजम भी आ उन्हां नूं फड़िया जाए। ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ, ਸਾਡੇ ਭਰਾ ਨੂੰ ਇਨਸਾਫ ਦਿਵਾਉਣ ਦੀ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਜਾਵੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਭਰਾ ਸੰਦੀਪ ਨੰਗਲੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਜਿਹੜੇ ਕਤਲ ਦੇ ਜਿਹੜੇ ਮਾਸਟਰ ਮਾਈਂਡ ਜਾਂ ਪਿੱਛੇ ਜੋ ਬੰਦੇ ਸੀਗੇ ਉਹ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜਿਹਨਾਂ ਦੇ ਨਾਂ ਆਏ ਸੀਗੇ ਤੇ ਉਹਨਾਂ ਦੀ ਜਿੱਦਾਂ ਹੁਣ ਸੁਰਜਨ ਸਿੰਘ ਚੱਠਾ ਦੀ ਗ੍ਰਿਫਤਾਰੀ ਹੋਈ ਆ ਤੇ ਉਹਦੇ ਵਿੱਚ ਪੰਜਾਸੀ ਪੰਜਾਬ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਨਾਲ ਹੀ ਪੰਜਾਬ ਸਰਕਾਰ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੇਸ ਨੂੰ ਕਿਸੇ ਲੈਂਡ ਦੇ ਉੱਤੇ ਲਿਜਾਣ ਦੀ ਕੋਸ਼ਿਸ਼ ਕੀਤੀ ਆ। ਤੇ ਇਹਦੇ ਨਾਲ ਜਿੰਨੇ ਵੀ ਕਬੱਡੀ ਪ੍ਰੇਮੀ ਆ ਪਰਿਵਾਰ ਆ ਉਹਨਾਂ ਦਾ ਸਾਰਿਆਂ ਦੇ ਮਨ ਨੂੰ ਕੁਛ ਰਾਹਤ ਮਿਲੀ ਆ ਕਿ ਸਰਕਾਰ ਵੀ ਇਹਦੇ ਵਿੱਚ ਵਰਕ ਕਰ ਰਹੀ ਆ। ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਹੋਰ ਸੰਜੀਦਗੀ ਨਾਲ ਕੀਤੀ ਜਾਵੇ ਤੇ ਜਿਹੜੇ ਬਾਕੀ ਦੇ ਮੁਰਜਮ ਵੀ ਆ ਉਹਨਾਂ ਨੂੰ ਫੜਿਆ ਜਾਵੇ। ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ, ਸਾਡੇ ਭਰਾ ਨੂੰ ਇਨਸਾਫ ਦਿਵਾਉਣ ਦੀ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਜਾਵੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਭਰਾ ਸੰਦੀਪ ਨੰਗਲੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਜਿਹੜੇ ਕਤਲ ਦੇ ਜਿਹੜੇ ਮਾਸਟਰ ਮਾਈਂਡ ਜਾਂ ਪਿੱਛੇ ਜੋ ਬੰਦੇ ਸੀਗੇ ਉਹ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜਿਹਨਾਂ ਦੇ ਨਾਂ ਆਏ ਸੀਗੇ ਤੇ ਉਹਨਾਂ ਦੀ ਜਿੱਦਾਂ ਹੁਣ ਸੁਰਜਨ ਸਿੰਘ ਚੱਠਾ ਦੀ ਗ੍ਰਿਫਤਾਰੀ ਹੋਈ ਆ ਤੇ ਉਹਦੇ ਵਿੱਚ ਪੰਜਾਸੀ ਪੰਜਾਬ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਨਾਲ ਹੀ ਪੰਜਾਬ ਸਰਕਾਰ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੇਸ ਨੂੰ ਕਿਸੇ ਲੈਂਡ ਦੇ ਉੱਤੇ ਲਿਜਾਣ ਦੀ ਕੋਸ਼ਿਸ਼ ਕੀਤੀ ਆ। ਤੇ ਇਹਦੇ ਨਾਲ ਜਿੰਨੇ ਵੀ ਕਬੱਡੀ ਪ੍ਰੇਮੀ ਆ ਪਰਿਵਾਰ ਆ ਉਹਨਾਂ ਦਾ ਸਾਰਿਆਂ ਦੇ ਮਨ ਨੂੰ ਕੁਛ ਰਾਹਤ ਮਿਲੀ ਆ ਕਿ ਸਰਕਾਰ ਵੀ ਇਹਦੇ ਵਿੱਚ ਵਰਕ ਕਰ ਰਹੀ ਆ। ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਹੋਰ ਸੰਜੀਦਗੀ ਨਾਲ ਕੀਤੀ ਜਾਵੇ ਤੇ ਜਿਹੜੇ ਬਾਕੀ ਦੇ ਮੁਰਜਮ ਵੀ ਆ ਉਹਨਾਂ ਨੂੰ ਫੜਿਆ ਜਾਵੇ। ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ, ਸਾਡੇ ਭਰਾ ਨੂੰ ਇਨਸਾਫ ਦਿਵਾਉਣ ਦੀ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਜਾਵੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਭਰਾ ਸੰਦੀਪ ਨੰਗਲੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਜਿਹੜੇ ਕਤਲ ਦੇ ਜਿਹੜੇ ਮਾਸਟਰ ਮਾਈਂਡ ਜਾਂ ਪਿੱਛੇ ਜੋ ਬੰਦੇ ਸੀਗੇ ਉਹ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜਿਹਨਾਂ ਦੇ ਨਾਂ ਆਏ ਸੀਗੇ ਤੇ ਉਹਨਾਂ ਦੀ ਜਿੱਦਾਂ ਹੁਣ ਸੁਰਜਨ ਸਿੰਘ ਚੱਠਾ ਦੀ ਗ੍ਰਿਫਤਾਰੀ ਹੋਈ ਆ ਤੇ ਉਹਦੇ ਵਿੱਚ ਪੰਜਾਸੀ ਪੰਜਾਬ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਨਾਲ ਹੀ ਪੰਜਾਬ ਸਰਕਾਰ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੇਸ ਨੂੰ ਕਿਸੇ ਲੈਂਡ ਦੇ ਉੱਤੇ ਲਿਜਾਣ ਦੀ ਕੋਸ਼ਿਸ਼ ਕੀਤੀ ਆ। ਤੇ ਇਹਦੇ ਨਾਲ ਜਿੰਨੇ ਵੀ ਕਬੱਡੀ ਪ੍ਰੇਮੀ ਆ ਪਰਿਵਾਰ ਆ ਉਹਨਾਂ ਦਾ ਸਾਰਿਆਂ ਦੇ ਮਨ ਨੂੰ ਕੁਛ ਰਾਹਤ ਮਿਲੀ ਆ ਕਿ ਸਰਕਾਰ ਵੀ ਇਹਦੇ ਵਿੱਚ ਵਰਕ ਕਰ ਰਹੀ ਆ। ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਹੋਰ ਸੰਜੀਦਗੀ ਨਾਲ ਕੀਤੀ ਜਾਵੇ ਤੇ ਜਿਹੜੇ ਬਾਕੀ ਦੇ ਮੁਰਜਮ ਵੀ ਆ ਉਹਨਾਂ ਨੂੰ ਫੜਿਆ ਜਾਵੇ। ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ, ਸਾਡੇ ਭਰਾ ਨੂੰ ਇਨਸਾਫ ਦਿਵਾਉਣ ਦੀ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਜਾਵੇ।